ਇਹ ਗਲੋਟੀ ਪਿੰਡ ਦੀ ਗਲੀ ਨੰਬਰ 3 ਗੁਰਦੁਆਰੇ ਸਾਹਿਬ ਤੋਂ ਜਿਹੜੀ ਖੱਬੇ ਬੰਨੇ ਗਲੀ ਆਉਂਦੀ ਹੈ ਉਹ ਗਲੀ ਆ, ਸਾਹਮਣੇ ਗੁਰਦੁਆਰਾ ਸਾਹਿਬ ਹੈ ਅਤੇ ਗੁਰਦੁਆਰਾ ਸਾਹਿਬ ਦੇ ਸੱਜੇ ਬੰਨੇ ਛੱਪੜ ਹੈ, ਇੱਥੋਂ ਗਲੀ ਸ਼ੁਰੂ ਹੁੰਦੀ ਹੈ। ਕਰਮ ਸਿੰਘ ਕਰਨੈਲ ਸਿੰਘ ਘਰ ਸੱਜੇ ਬੰਨੇ, ਦੋਨੋਂ ਬੰਨੇ ਉਹਨਾਂ ਦੇ ਘਰ ਆ, ਅੱਗੋਂ ਵਿਹੜਾ ਸ਼ੁਰੂ ਹੋ ਜਾਂਦਾ ਆ ਘਰ ਵਿਹੜਾ ਦੇ। ਇਹ ਵਾਲਮੀਕ ਦਾ ਮੰਦਰ, ਇੱਥੇ ਬਹੁਤ ਪੁਰਾਤਨ ਖੂਹੀ ਹੁੰਦੀ ਸੀਗੀ, ਇੱਥੇ ਖੂਹੀ ਦੇ ਉੱਪਰ ਬੰਨੇ ਡੱਬਾ ਡੋਲ ਅਤੇ ਰੱਸਾ ਜਾਂਦਾ ਸੀਗਾ, ਪਾਣੀ ਲੋਕ ਪੀਂਦੇ ਸੀਗੇ। ਅਸੀਂ ਆਪ ਖੁਦ ਦੇਖੀ ਆ, ਆਹ ਖੂਹੀ ਦਾ ਨਿਸ਼ਾਨ ਹੈ, ਖੂਹੀ ਮੀਂਹ ਨਾਲ ਫਿਰ ਦੁਬਾਰਾ ਪ੍ਰਗਟ ਹੋ ਗਈ। ਇੱਥੇ ਮੰਦਰ ਹੁੰਦਾ ਸੀ ਵਾਲਮੀਕ ਦਾ ਛੋਟਾ ਜਿਹਾ। ਇਹ ਗਲੀ ਆ, ਇਹ ਪੂਰੀ ਗਲੀ ਆ, ਇਹ ਵਿਹੜੇ ਦੇ ਘਰ ਆ ਸਾਰੇ, ਇਹ ਫੌਜੀ ਸਾਹਿਬ ਦਾ ਘਰ। ਇਸ ਗਲੀ ਵਿੱਚ ਵੀ 4-5 ਘਰ ਰਹਿੰਦੇ ਆ, ਇਸ ਗਲੀ 'ਚ 4-5 ਘਰ। ਆਹ ਘਰ ਬਹੁਤ ਪੁਰਾਣਾ ਘਰ ਹੈ, ਇਹ ਫੌਜੀ ਜਰਨੈਲ ਸਿੰਘ ਦਾ ਹੁੰਦਾ ਸੀ, ਉਹਦਾ ਹੀ ਆ ਡੀਸ਼ੇ ਕੋਲ। ਇੱਥੇ ਕਿਸੇ ਟਾਈਮ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਇਸ ਕਮਰੇ ਵਿੱਚ, ਠੀਕ ਹੈ। ਅਤੇ ਇਹ ਸਾਰਿਆਂ ਤੋਂ ਰਿਚ ਮੈਨ ਹੁੰਦੇ ਸੀਗੇ, ਇਹ ਬਾਹਰ ਗਿਆ ਸੀ, ਸਾਰੇ ਲੋਕਾਂ ਦੇ ਘਰ ਕੱਚੇ ਹੁੰਦੇ ਸੀ, ਇਹ ਘਰ ਪੱਕਾ ਹੁੰਦਾ ਸੀ। ਇਹ ਵਿਹੜੇ ਵਿੱਚ ਘਰ ਆ, ਇਹ ਡੀਬੀ ਮਾਸਟਰ ਉਹਨਾਂ ਦਾ ਘਰ ਆ, ਅਤੇ ਉਹਦੇ ਭਰਾ ਤਿੰਨੇ ਪਰਿਵਾਰ ਰਹਿੰਦੇ ਆ। ਇਸ ਭਾਈ ਨੇ ਟਾਂਗਾ ਬਹੁਤ ਚਲਾਇਆ ਅਤੇ ਹੁਣ ਇਹਦੇ 60 ਵਜਨ ਕਰਕੇ ਘਰ ਬੈਠਾ ਆ। ਘਰ ਬਹੁਤ ਸੋਹਣਾ ਬਣਿਆ ਹੋਇਆ। ਇਹ ਗਲੀ ਅਗਲੇ ਬੰਨੇ ਕੋੜੀ ਸਿੰਘ ਨੂੰ ਲੰਘ ਜਾਂਦੀ ਹੈ ਸਿੱਧੀ। ਬਹੁਤ ਗਾਂ ਹੱਟੀਆਂ ਵੱਡੀਆਂ ਸ਼ੁਰੂ ਹੋ ਜਾਂਦੀਆਂ। ਸੂਬੇਦਾਰ ਨਿਵਾਸ, ਪਿੰਡ ਸਾਡਾ ਬਹੁਤ ਵੱਡਾ ਅਤੇ ਅਗਲੇ ਬੰਨੇ ਬਹੁਤ ਵੱਡੀਆਂ ਵੱਡੀਆਂ ਹੱਟੀਆਂ ਦੁਕਾਨਾਂ ਹੁੰਦੀਆਂ ਸੀ ਸਾਡੇ ਬਚਪਨ ਤੋਂ ਹੀ, ਅਤੇ ਹੁਣ ਉਹ ਦੁਕਾਨਾਂ ਵਾਲੇ ਜਿਵੇਂ ਦੇਸ਼ ਰਾਜ ਪਿਆਰਾ ਲਾਲ ਉਹਨਾਂ ਦੀ ਡੈਥ ਹੋ ਗਈ, ਉਹਨਾਂ ਦੇ ਬੱਚਿਆਂ ਨੇ ਕੋਈ ਕੋਟ ਦੁਕਾਨਾਂ ਕਰ ਲਈਆਂ, ਅਤੇ ਹੁਣ ਉਹਨਾਂ ਦੇ ਬੱਚੇ ਕੋਈ ਬਾਹਰ ਸੈੱਟ ਹੋ ਗਿਆ, ਕੋਈ ਕਿੱਥੇ ਸੈੱਟ ਹੋ ਗਿਆ। ਇਹ ਕਾਹ ਪਿੰਡ ਦੀ ਗਲੀ ਹੈ, ਇਹ ਵੀ ਗਲੀ ਪੱਕੇ ਰੋਡ 'ਤੇ ਚੜ੍ਹ ਜਾਂਦੀ ਹੈ।